ਬੀਬੀ ਹਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਆਖਰ ਸਿੱਧੂ ਖਿਲਾਫ ਕਾਂਗਰਸ ਨੇ ਲਿਆ ਵੱਡਾ ਐਕਸ਼ਨ ਕਿਉਂ ਦਿੱਤਾ ਪੰਜਾਬ ਦੇ ਗਵਰਨਰ ਨੇ ਅਸਤੀਫਾ ਖੁੱਲੇ ਭੇਜ ਕੇਜਰੀਵਾਲ ਖਿਲਾਫ ਈਡੀ ਪਹੁੰਚੀ ਅਦਾਲਤ 'ਚ ਪਾਨਾ ਸਿੱਧੂ ਦੇ ਮੁੱਦੇ ਨੂੰ ਲੈ ਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ درمیان ਬਣੀ ਸਹਿਮਤੀ ਪੰਜਾਬ ਦੇ ਖੰਨਾ ਸ਼ਹਿਰ ਤੋਂ ਜ਼ਬਰਜਨਾ ਦਾ ਕੇਸ ਨਿਕਲਿਆ ਆਖਰ ਝੂਠਾ ਅਦਾਲਤ ਵੱਲੋਂ ਨੌਜਵਾਨ ਬਰੀ ਅਤੇ ਸਰੀ ਚ ਦਿਨ ਦਿਹਾੜੇ ਫਿਰ ਚੱਲੀਆਂ ਗੋਲੀਆਂ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਦੇ ਉੱਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਹੁਣ ਗੱਲ ਕਰਦੇ ਆਂ ਕਾਂਗਰਸ ਤੇ 카ਟੋ ਕਲੇਸ਼ਤੀ ਇਹ ਥੰਮਣ ਦਾ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਨਵਜੋਤ ਸਿੰਘ ਸਿੱਧੂ ਆਪਣੀ ਡਫਲੀ ਵਜਾ ਰਹੇ ਨੇ ਤੇ ਕਈ ਹੋਰ ਕਾਂਗਰਸੀ ਆਪੋ ਆਪਣੀਆਂ ਤੇ ਹੁਣ ਲੱਗਦਾ ਹੈ ਕਿ ਸਿੱਧੂ ਦੇ ਖਿਲਾਫ ਕਾਂਗਰਸ ਨੇ ਵੱਡੀ ਕਾਰਵਾਈ ਦਾ ਮੂਡ ਬਣਾ ਲਿਆ ਹੈ ਜਾਣਕਾਰੀ ਦੇ ਅਨੁਸਾਰ ਨਵਜੋਤ ਸਿੱਧੂ ਨੂੰ ਪਾਰਟੀ ਦੇ ਵੱਲੋਂ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਗਿਆ ਤੇ ਸਿੱਧੂ ਨੇ ਉਹਦਾ ਜਵਾਬ ਕੁਝ ਹੀ ਮਿੰਟਾਂ 'ਚ ਫਿਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਰੋ ਸ਼ੈਰੀ ਦੇ ਰਾਈਂ ਦਿੱਤਾ ਸਿੱਧੂ ਨੇ ਲਿਖਿਆ ਇਹ ਦਬਦਬਾ ਇਹ ਹਕੂਮਤ ਇਹ ਨਸ਼ਾ ਇਹ ਦੌਲਤ ਸਾਰੇ ਕਿਰਾਏਦਾਰ ਹਨ ਮਕਾਨ ਬਦਲਦੇ ਰਹਿੰਦੇ ਨੇ ਹੁਣ ਕੀ ਸਿੱਧੂ ਮਕਾਨ ਬਦਲਣਗੇ ਕੀ ਸਿੱਧੂ ਮੜ ਪਾਜ ਪਾ ਚਲੇ ਜਾਣਗੇ ਕੀ ਸਿੱਧੂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਏਗਾ ਕੀ ਸਿੱਧੂ ਆਪ ਚਲੇ ਜਾਣਗੇ ਕੀ ਸਿੱਧੂ ਕਿਸੇ ਹੋਰ ਪਾਰਟੀ ਜਾਣਗੇ ਜਾਂ ਆਪਣੀ ਪਾਰਟੀ ਬਣਾ ਲੈਣਗੇ ਬਹੁਤ ਸਾਰੇ ਸਵਾਲ ਇੱਕੋ ਦਮ ਉਪਜਦੇ ਨੇ ਤੇ ਸਿੱਧੂ ਦੀ ਇਹ ਸ਼ਾਇਰੀ ਅਸਲ ਤੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਕਾਰਨ ਦੱਸੋ ਨੋਟਿਸ ਦਾ ਜਵਾਬ ਹੈ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸਮਰਾਲਾ ਦੇ ਵਿੱਚ ਕਾਂਗਰਸ ਤੇ ਕੌਮੀ ਪ੍ਰਧਾਨ ਮਲਕ ਅਰਜਨ ਖੜਗਿਆ ਰਹੇ ਨੇ ਤੇ ਉਸ ਰੈਲੀ ਤੋਂ ਬਾਅਦ ਸਿੱਧੂ ਦੇ ਖਿਲਾਫ ਕਾਂਗਰਸ ਦੇ ਵੱਲੋਂ ਆਖਰ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਦੇ ਸਾਹਮਣੇ ਇੱਕ ਜੁਟਤਾ ਪ੍ਰਗਟਾਈ ਹੈ ਤੇ ਕਾਂਗਰਸ ਆਲਾ ਕਮਾਂਡ ਦੇ ਵੱਲੋਂ ਦਵਿੰਦਰ ਯਾਦਵ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਉਮੀਦਵਾਰ ਤੈਅ ਕਰਨ ਦੇ ਵਾਸਤੇ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਹੋਏ ਨੇ ਉਹਨਾਂ ਨੇ ਪਟਿਆਲੇ 'ਚ ਉਹਨਾਂ ਨੇ ਅੰਮ੍ਰਿਤਸਰ ਉਹਨਾਂ ਨੇ ਮੋਹਾਲੀ 'ਚ ਉਹਨਾਂ ਨੇ ਲੁਧਿਆਣਾ 'ਇਹਨਾਂ ਨੇ ਰੂਪੜ੍ਹ ਕਈ ਮੀਟਿੰਗਾਂ ਕੀਤੀਆਂ ਨੇ ਪਰ ਨਵਜੋਤ ਸਿੰਘ ਸਿੱਧੂ ਇੱਥੇ ਗੈਰਹਾਜ਼ਰ ਰਹੇ ਐ ਇੱਕ ਪਾਸੇ ਦਵਿੰਦਰ ਯਾਦਵ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੇ ਨਾਲ ਮੀਟਿੰਗਾਂ ਕਰ ਰਿਹਾ ਐ ਤੇ ਦੂਸਰੇ ਪਾਸੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਤੇ ਕਈ ਸਾਫਕਾ ਪ੍ਰਧਾਨਾਂ ਦੇ ਨਾਲ ਜਿਨ੍ਹਾਂ ਵਿੱਚ ਲਾਲ ਸਿੰਘ ਸ਼ਮਸ਼ੀਰ ਸਿੰਘ ਦੂਲੂ ਮਹਿੰਦਰ ਕੇਪੀ ਇਹਨਾਂ ਦੇ ਨਾਲ ਵੱਖ-ਵੱਖ ਬੈਠਕਾਂ ਕਰਕੇ ਉਸੇ ਦਿਨ ਉਹਨਾਂ ਦੀ ਫੋਟੋ ਪੋਸਟ ਕਰ ਦਿੰਦੇ ਐ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਗਵਰਨਰ ਦੇ ਅਸਤੀਫੇ ਦੀ ਪੰਜਾਬ ਦੇ ਰਾਜਪਾਲ ਬਨਵਾਰੀ ਦਾਲ ਪ੍ਰੋਹੋਦ ਦੇ ਵੱਲੋਂ ਅਚਨਚੇਤ 3 ਫਰਵਰੀ ਨੂੰ ਬਾਦ ਦੁਪਹਿਰ ਜਿਹੜਾ ਅਸਤੀਫਾ ਦਿੱਤਾ ਗਿਆ ਇੱਕ ਸਿਆਸੀ ਬੰਬ ਵਰਗਾ ਸੀ ਅਸਤੀਫਾ ਕਿਉਂ ਦਿੱਤਾ ਗਿਆ ਅਚਾਰਕ ਕੀ ਵਾਪਰ ਗਿਆ ਕੀ ਅਸਤੀਫਾ ਲਿਆ ਗਿਆ ਕੀ ਰਾਜਪਾਲ ਨੇ ਅਸਤੀਫਾ ਖੁਦ ਦਿੱਤਾ ਬਹੁਤ ਸਾਰੇ ਸਵਾਲ ਇੱਕੋ ਹੀ ਦਮ ਖੜੇ ਹੋ ਗਏ ਇਹ ਉਹ ਸਵਾਲ ਨੇ ਜਿਨ੍ਹਾਂ ਨੂੰ ਲੈ ਕੇ ਦਿੱਲੀ ਦਰਬਾਰ ਦੇ ਵੱਲੋਂ ਹਾਲੇ ਤੱਕ ਚੁੱਪ ਧਾਰੀ ਹੋਈ ਹੈ ਤੇ ਇਸ ਅਸਤੀਫੇ ਨੂੰ ਹੋਰ ਵੀ ਉਹਨਾਂ ਦੇ ਵੱਲੋਂ ਭੇਦ ਭਰਿਆ ਬਣਾ ਕੇ ਰੱਖ ਦਿੱਤਾ ਹੈ ਜਾਣਕਾਰੀ ਇਹ ਮਿਲੀ ਹੈ ਕਿ ਕੱਲ ਜਦੋਂ ਦਿੱਲੀ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਹ ਮਿਲਦੇ ਹੈ ਮਿਲ ਕੇ ਜਦੋਂ ਚੰਡੀਗੜ੍ਹ ਪਰਤਦੇ ਹੈ ਰਾਜ ਭਵਨ ਚ ਤਾਂ ਔਰਸਾਰ ਉਹਨਾਂ ਨੇ ਆਪਣਾ ਸਮਾਨ ਬੰਨਣਾ ਸ਼ੁਰੂ ਕਰ ਦਿੱਤਾ ਸਮਾਨ ਦੀ ਪੈਕਿੰਗ ਸ਼ੁਰੂ ਕਰ ਦਿੱਤੀ ਸੀ ਜਿਸ ਦਾ ਅਰਥ ਇਹ ਲਿਆ ਜਾ ਸਕਦਾ ਹੈ ਕਿ ਮੀਟਿੰਗ ਵਿੱਚ ਇਸ ਤਰ੍ਹਾਂ ਦਾ ਕੁਝ ਨਾ ਕੁਝ ਜ਼ਰੂਰ ਹੋਇਆ ਸੀ ਜਿਸ ਕਾਰਨ ਉਹਨਾਂ ਨੇ ਇਹ ਐਕਸ਼ਨ ਲਿਆ ਇੱਕ ਕਦਮ ਪੁੱਟਿਆ ਜਾਂ ਤਾਂ ਉੱਤੋਂ ਹੁਕਮ ਹੋਇਆ ਕਿ ਅਸਤੀਫਾ ਦੇ ਦਿਓ ਜਾਂ ਫਿਰ ਕਿਸੇ ਗੱਲ ਤੇ મતਭੇਦ ਪੈਦਾ ਹੋ ਗਈ ਤੇ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਮਸਲਾ ਹੋ ਸਕਦਾ ਮੁੱਦਾ ਹੋ ਸਕਦਾ ਜਿਸ ਤੇ ਰਾਜਪਾਲ ਦੀ ਮੰਨੀ ਨਾ ਗਈ ਹੋਵੇ ਜੇਕਰ ਮਸਲਾ ਸਿੱਧਾ ਹੁੰਦਾ ਤਾਂ ਅਸਤੀਫੇ ਦੀਆਂ ਜਿਹੜੀਆਂ ਵੀ ਗੱਲਾਂ ਸੀ ਜੇ ਉੱਪਰਿਆਂ ਦੀ ਮਰਜ਼ੀ ਹੁੰਦੀ ਭਾਵ ਕੇਂਦਰ ਵਾਲਿਆਂ ਦੀ ਮਰਜ਼ੀ ਹੁੰਦੀ ਤਾਂ ਸ਼ਾਮ ਤੱਕ ਅਸਤੀਫਾ ਮਨਜ਼ੂਰ ਹੋ ਕੇ ਇਹਦੇ ਉੱਤੇ ਅਗਲੀ ਕਾਰਵਾਈ ਹੋ ਗਈ ਹੁੰਦੀ ਭਾਵ ਪੰਜਾਬ ਨੂੰ ਨਵਾਂ ਕੋਈ ਰਾਜਪਾਲ ਮਿਲ ਚੁੱਕਿਆ ਹੁੰਦਾ ਕਿਸੇ ਹੋਰ ਨੂੰ ਇਹ ਚਾਰਜ ਦੇ ਦਿੱਤਾ ਗਿਆ ਹੁੰਦਾ ਇਸ ਫੈਸਲੇ ਦੇ ਵਿੱਚ ਜਿੰਨੀ ਦੇਰੀ ਹੈ ਉਹ ਸੰਕੇਤ ਕਰਦੀ ਹੈ ਕਿ ਕੋਈ ਨਾ ਕੋਈ ਪੇਚਾ ਜ਼ਰੂਰ ਪਿਆ ਹੈ ਚਰਚਾ ਇਹ ਵੀ ਸੀ ਕਿ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਉਹਦਾ ਜਿਹੜਾ ਲਾਇਆ ਜਾਣਾ ਸੀ ਸਲਾਹਕਾਰ ਦੀ ਚੋਣ ਬਾਰੇ ਵੀ ਕੋਈ ਪੰਗਾ ਇੱਕ ਚਰਚਾ ਇਹ ਵੀ ਹੈ ਕਿ ਮੋਦੀ ਸਰਕਾਰ ਚੰਡੀਗੜ੍ਹ ਦੇ ਵਿੱਚ ਸਲਾਹਕਾਰ ਦੀ ਥਾਂ ਤੇ ਦਿੱਲੀ ਚ ਜਾਂ ਜਿਵੇਂ ਪੰਡੀਚੇਰੀ ਚ ਲੈਫਟੀਨੈਂਟ ਗਵਰਨਰ ਲਾਉਂਦੇ ਨੇ ਉਪ ਰਾਜਪਾਲ ਲਾਉਂਦੇ ਨੇ ਉਸ ਤਰ੍ਹਾਂ ਇੱਥੇ ਲੈਫਟੀਨੈਂਟ ਗਵਰਨਰ ਲਾਉਣਾ ਚਾਹੁੰਦੀ ਹੈ ਪਰ ਅਸਲੀਅਤ ਹਾਲੇ ਖੁੱਲ ਕੇ ਸਾਹਮਣੇ ਨਹੀਂ ਆ ਰਹੀ ਕਿ ਬਨਵਾਰੀ لال ਪ੍ਰੋਹਤ ਨੇ ਅਚਾਨਕ ਅਸਤੀਫਾ ਦਿੱਤਾ ਤਾਂ ਕਿਉਂ ਦਿੱਤਾ ਜਾਣਕਾਰੀ ਇਹ ਵੀ ਮਿਲੀ ਸੀ ਕਿ ਰਾਜਪਾਲ ਨੇ ਸ਼ੁੱਕਰਵਾਰ ਵਾਲੇ ਦਿਨ ਫਿਰ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਅਤੇ ਅਹੁਦਾ ਛੱਡਣ ਦੀ ਇੱਛਾ ਪ੍ਰਗਟਾਈ ਅਤੇ ਕਾਰਨ ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਨਿਜੀ ਲਿਖੇ ਨੇ ਰਾਜਪਾਲ ਦੇ ਵੱਲੋਂ ਅਚਾਨਕ ਦਿੱਤੇ ਇਸ ਅਸਤੀਫੇ ਨੇ ਸਾਰਿਆਂ ਨੂੰ ਹੈਰਾਨ ਵੀ ਕੀਤਾ ਹੈ ਸਿਆਸੀ ਮਾਹਿਰਾਂ ਦੀ ਜੇਕਰ ਮੰਨੀਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਨਾਲ ਲਾਲ ਕ੍ਰਿਸ਼ਨ ਅੜਵਾਨੀ ਨੂੰ ਭਾਰਤ ਰਤਨ ਸਨਮਾਨ ਦਿੱਤਾ ਗਿਆ ਹੈ ਇਸੇ ਦਰਮਿਆਨ ਗਵਰਨਰ ਦਾ ਅਸਤੀਫਾ ਆ ਜਾਣਾ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਭਾਜਪਾ ਪਾਰਟੀ ਦੇ ਪੁਰਾਣੇ ਲੀਡਰ ਨੂੰ ਐਡਜਸਟ ਕਰਨਾ ਚਾਹੁੰਦੀ ਹੈ ਕਿਉਂਕਿ 84 ਵਰਿਆਂ ਦੇ ਰੇ ਬਨਵਾਰੀ لال פרוਹਤ 8 ਸਾਲ ਵੱਖ-ਵੱਖ ਥਾਵਾਂ ਤੇ ਉਹ ਗਵਰਨਰ ਦੇ ਅਹੁਦੇ ਤੇ ਸੇਵਾ ਬਣਵਾ ਚੁੱਕਿਆ ਹੈ ਤਿੰਨ ਸੂਬਿਆਂ ਦੇ ਉਹ ਗਵਰਨਰ ਰਹ ਚੁੱਕੇ ਨੇ ਇਹਦੇ ਤੋਂ ਪਹਿਲਾਂ ਉਹ ਤਿੰਨ ਵਾਰ ਨਾਗਪੁਰ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਲਿਹਾਜ਼ਾ ਭਾਜਪਾ ਨਵੇਂ ਆਗੂਆਂ ਨੂੰ ਨਾਰਾਜ਼ ਨਾ ਕਰਕੇ ਉਹਨਾਂ ਨੂੰ ਐਡਜਸਟ ਕਰਨਾ ਚਾਹੁੰਦੀ ਹੈ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਗਵਰਨਰ ਬਨਵਾਰੀ لال פרוਹਤ ਨੇ ਅਗਸਤ 2021 ਦੇ ਵਿੱਚ ਪੰਜਾਬ ਦੇ ਰਾਜਪਾਲ ਦੇ ਵਜੋਂ ਅਹੁਦਾ ਸੰਭਾਲਿਆ ਸੀ ਉਹ 2017 ਤੋਂ 2021 ਤੱਕ ਤਾਮਿਲਨਾਡੂ ਦੇ ਰਾਜਪਾਲ ਰਹੇ ਇਹਦੇ ਤੋਂ ਪਹਿਲਾਂ ਉਹ 2016 ਤੋਂ 2017 ਤੱਕ ਅਸਾਮ ਦੇ ਰਾਜਪਾਲ ਵੀ ਰਹੇ ਚੁੱਕੇ ਐ ਬਨਵਾਰੀ 달 פרוਹਤ ਭਾਰਤੀ ਜਨਤਾ ਪਾਰਟੀ ਦੇ ਪੁਰਾਣੀ ਆਗੂ ਨੇ ਉਹ ਨਾਗਪੁਰ ਤੋਂ ਤਿੰਨ ਵਾਰ ਸੰਸਦ ਰਹੇ ਉਹਨਾਂ ਦਾ ਜਨਮ 16 April ਤੇ 1940 ਨੂੰ ਰਾਜਸਥਾਨ ਚ ਹੋਇਆ ਸੀ ਜਾਣਕਾਰੀ ਤਾਂ ਇਹ ਵੀ ਮਿਲ ਰਹੀ ਹੈ ਕਿ ਬਨਵਾਰੀ لال פרוਹਤ ਅਗਾਮੀ ਲੋਕ ਸਭਾ ਚੋਣਾਂ ਵੀ ਲੜ ਸਕਦੇ ਨੇ ਉਹ 나ਗਪੁਰ ਲੋਕ ਸਭਾ ਤੋਂ ਚੋਣਾਂ ਲੜਨ ਦੀ ਤਿਆਰੀ ਵੀ ਕਰਦੇ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਹਾਈ ਕਮਾਂਡ ਦੇ ਇਸ਼ਾਰੇ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਇਹ ਅਸਤੀਫਾ ਦਿੱਤਾ ਗਿਆ ਹੋ ਸਕਦਾ ਹੈ ਕਿਉਂਕਿ ਵਕ ਵਕ ਕਾਫੀ ਲਾਏ ਜਾ ਰਹੇ ਨੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਵੱਡੇ ਲੀਡਰਾਂ ਨੂੰ ਭਾਜਪਾ ਚੋਣਾਂ ਲੜਾਉਣਾ ਚਾਹੁੰਦੀ ਹੈ ਕਿਉਂਕਿ ਇਸ ਵਾਰ ਉਹ ਅੰਕੜਾ ਕਹਿੰਦੇ ਅਸੀਂ 400 ਤੱਕ ਲੈ ਕੇ ਜਾਣਾ ਹੈ ਤਾਂ ਫਿਰ ਹੋ ਸਕਦਾ ਹੈ ਕਿ ਮਨਵਾਰੀ ਲਾਲ ਪ੍ਰੋਖਰ ਦਾ ਨਾਮ ਵੀ ਉਹਨਾਂ ਵਿੱਚ ਸ਼ਾਮਲ ਹੋਵੇ ਤੇ ਦੂਜੇ ਪਾਸੇ ਜੇਕਰ ਪੰਜਾਬ 'ਚ ਨਜ਼ਰ ਮਾਰਦੇ ਆ ਤਾਂ ਬਨਵਾਰੀ لال פרוਹੋਦ ਦਾ ਜਿਹੜਾ ਕਾਰਜਕਾਲ ਆ ਉਹ ਵਿਵਾਦਾਂ ਵਾਲਾ ਹੈ ਖਾਸ ਤੌਰ ਤੇ ਜਦੋਂ ਦੀ ਮਾਨ ਸਰਕਾਰ ਬਣੀ ਹੈ ਉਹਦੇ ਤੋਂ ਬਾਅਦ ਮੁੱਖ ਮੰਤਰੀ ਅਤੇ ਗਵਰਨਰ ਦੇ ਦਰਮਿਆਨ ਰਿਸ਼ਤਿਆਂ ਵਿੱਚ ਲਗਾਤਾਰ ਕੋੜਾ ਤਣ ਲਗਾਤਾਰ ਤਣਾ ਕਦੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨੂੰ ਮਨਜ਼ੂਰੀ ਤੇ ਕਦੇ ਫਿਰ ਰੱਦ ਦਾ ਦੋਵਾਂ ਦੇ ਵਿਚਕਾਰ ਵਿਵਾਦ ਇਸ ਕਦਰ ਵੱਧਾ ਰਿਹਾ ਕਿ ਸੁਪਰੀਮ ਕੋਰਟ ਨੂੰ ਉਹਦੇ ਵਿੱਚ ਦਾਖਲ ਅੰਦਾਜ਼ੀ ਕਰਨੀ ਪਈ ਕਈ ਵਾਰ ਸਰਕਾਰ ਵਕ ਵਕ ਮੁੱਦਿਆਂ ਤੇ ਆਪਸ ਦੇ ਵਿੱਚ ਆਹਮੋ ਸਾਹਮਣੇ ਹੁੰਦੀ ਰਹੀ ਤੇ ਕਈ ਵਾਰੀ ਗਵਰਨਰ ਸਾਹਿਬ ਚਿੱਠੀਆਂ ਲਿਖ ਕੇ ਉਹਦਾ ਜਵਾਬ ਮੰਗਦੇ ਰਹੇ ਉਹਨਾਂ ਅਕਤੂਬਰ ਮਹੀਨੇ ਪੰਜਾਬ ਅਸੈਂਬਲੀ ਦੇ 2 ਦਿਨਾਂ ਸੈਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ 3 ਬਿਲਾ ਨੂੰ ਮਨਜ਼ੂਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਤੇ ਇਹਦੇ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਦਰਅਸਲ ਭਾਜਪਾ ਨਹੀਂ ਚਾਹੁੰਦੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਜਾਂ ਨਵੇਂ ਆਗੂਆਂ ਦੀ ਨਾਰਾਜ਼ਗੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇ ਜਿਸ ਕਰਕੇ ਪਾਰਟੀ ਹੁਣ ਇਹਨਾਂ ਆਗੂਆਂ ਨੂੰ ਇੱਕ ਨਵਾਂ ਮੌਕਾ ਦੇਣਾ ਚਾਹੁੰਦੀ ਹੈ ਜਿਹੜੇ ਲੰਬੇ ਸਮੇਂ ਤੋਂ ਸਾਈਡਲਾਈਨ ਤੇ ਰਹਿ। ਇਸ ਅਸਤੀਫੇ ਨੂੰ ਇਸ ਕੜੀ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ ਕਿ 84 ਵਰਿਆਂ ਦੀ ਉਮਰ ਹੋਣਾ, ਲਗਾਤਾਰ 8 ਸਾਲ ਗਵਰਨਰੀ ਕਰ ਲੈਣਾ, ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਲੈਣਾ ਇਸ ਕਰਕੇ ਕਿਤੇ ਨਾ ਕਿਤੇ ਭਾਜਪਾ ਇਹ ਵੀ ਹੋ ਸਕਦਾ ਕਿ ਸੋਚ ਰਹੀ ਹੋਵੇ। ਕਿ ਨਵੇਂ ਆਗੂ ਨੂੰ ਮੌਕਾ ਦਿੱਤਾ ਜਾਵੇ ਤੇ ਸ਼ਾਇਦ ਪੁਰਾਣੇ ਜਾਂ ਉਮਰ ਦਰਾਜ਼ ਆਗੂ ਨੇ ਉਹਨਾਂ ਨੂੰ ਰਿਟਾਇਰ ਕੀਤਾ ਜਾਵੇ ਹੁਣੇ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਨੇ ਪਰ ਹਾਲੇ ਵੀ ਚੁੱਪ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ ਤੇ ਹੁਣ ਗੱਲ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਈਡੀ ਅਦਾਲਤ ਚ ਪਹੁੰਚ ਗਈ ਹੈ ਜੀ ਦਿੱਲੀ ਦੀ ਆਪਕਾਰੀ ਨੀਤੀ ਭਾਵੇਂ ਰੱਦ ਹੋ ਚੁੱਕੀ ਹੈ ਪਰ ਇਹ ਹਾਲੇ ਵੀ ਸੁਰਖੀਆਂ ਚ ਰਹਿੰਦੀ ਹੈ ਈਡੀ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਹੈ ਈਡੀ ਨੇ ਕੇਜਰੀਵਾਲ ਦੇ ਵੱਲੋਂ ਦਿੱਲੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਜਾਂਚ ਸਹਿਯੋਗ ਨਾ ਦੇਣ ਅਤੇ 5 ਵਾਰ ਸਮਨ ਭੇਜੇ ਜਾਣ ਦੇ ਬਾਵਜੂਦ ਪੁੱਛ ਗਿਛ ਲਈ ਪੇਸ਼ ਨਾ ਹੋਣ ਲਈ ਅਦਾਲਤ ਵਿੱਚ ਸ਼ਿਕਾਇਤ ਕਰ ਦਿੱਤੀ ਹੈ ਨਵੀਂ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵਿੱਚ ਬੁੱਧਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਏਗੀ ਕੇਜਰੀਵਾਲ ਨੇ ਸ਼ੁੱਕਰਵਾਰ ਵਾਲੇ ਦਿਨ ਈਡੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕੇਜਰੀਵਾਲ ਨੇ ਵਾਰ-ਵਾਰ ਦਾਵਾ ਕੀਤਾ ਸੀ ਕਿ ਜਿਹੜੇ ਈਡੀ ਦੇ ਵੱਲੋਂ ਸਮਨ ਜਾਰੀ ਕੀਤੇ ਜਾ ਰਹੇ ਨੇ ਇਹ ਗੈਰਕਾਨੂੰਨੀ ਹੈ ਅਤੇ ਈਡੀ ਦਾ ਇੱਕੋ ਇੱਕ ਉਦੇਸ਼ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਈਡੀ ਦੇ ਵੱਲੋਂ 2 ਨਵੰਬਰ ਨੂੰ ਪਹਿਲਾ ਸਮਨ ਜਾਰੀ ਕੀਤੇ ਜਾਣ ਤੋਂ ਬਾਅਦ ਉਦੋਂ ਤੋਂ ਬਾਅਦ ਹੀ ਇਹ ਅਟਕਲਾਂ ਲਗਾਤਾਰ ਚੱਲ ਰਹੀਆਂ ਨੇ ਕਿ ਬਹਾਨਾ ਭਾਵੇਂ ਕੋਈ ਵੀ ਹੋਵੇ ਸਤਿਆਪਾਲ ਮਾਲਕ ਸਾਬਕਾ ਗਵਰਨਰ ਦੇ ਦਾਅਵੇ ਕਿ ਕਿਤੇ ਨੂੰ ਕਿਤੇ ਲੱਗਦਾ ਕਿ ਸੱਚ ਹੁੰਦੇ ਸਾਫਤ ਹੋ ਰਹੀ ਨਹੀਂ ਉਹ ਕਹਿੰਦੇ ਸੀ ਕਿ 2024 ਤੋਂ ਪਹਿਲਾਂ ਕੇਜਰੀਵਾਲ ਅਤੇ ਕੁਝ ਹੋਰ ਆਗੂਆਂ ਦੀ ਗ੍ਰਿਫਤਾਰੀ ਵਜ੍ਹਾ ਭਾਵੇਂ ਕੋਈ ਵੀ ਹੋਵੇ ਕੀਤੀ ਜਾਵੇਗੀ ਇਹ ਾਟਕਲਾਂ ਲਗਾਤਾਰ ਚੱਲ ਰਹੀਆਂ ਨੇ ਹਿਮੰਤ ਸੁਰੇ ਨੂੰ ਇਸੇ ਾਟਕਲਾਂ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਤੇ ਕੁਝ ਦਿਨ ਪਹਿਲਾਂ ਇਹ ਵੀ ਖਬਰਾਂ ਆਈਆਂ ਸੀ ਕਿ ਮੰਮਤਾ ਬੇਨਰਦੀ ਤੇ ਵੀ ਗਾਜ ਡਿੱਗ ਸਕਦੀ ਹੈ ਹੁਣ ਸੀਬੀਆਈ ਅਤੇ ED ਦਿੱਲੀ ਆਪਕਾਰੀ ਨੀਤੀ ਮਾਮਲੇ 'ਚ ਲਗਾਤਾਰ ਗ੍ਰਿਫਤਾਰੀਆਂ ਅਤੇ ਪੁੱਛਗਛਵੀ ਕਰ ਰਹੀ ਹੈ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਦੀਆ ਅਤੇ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ED ਪਹਿਲਾਂ ਹੀ ਦੱਸਣਾ ਬਣਦਾ ਕਿ ਗ੍ਰਿਫਤਾਰ ਕਰ ਚੁੱਕੀ ਹੈ ਮਨੀਸ਼ ਸ਼ੋਦੀਆ ਨੂੰ ਲਗਭਗ 1 ਸਾਲ ਪਹਿਲਾਂ ਅਤੇ ਸੰਜੇ ਸਿੰਘ ਨੂੰ ਲਗਭਗ 5 ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ CBI ਦੱਸਣਾ ਬਣਦਾ ਕਿ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛ ਗਿੱਚ ਵੀ ਕਰ ਚੁੱਕੀ ਹੈ ਪਰ ਈਡੀ ਦੇ ਵੱਲੋਂ ਪੰਜ ਵਾਰ ਸਮਨ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਕੇਜਰੀਵਾਲ ਉਹਨਾਂ ਦੇ ਸਾਹਮਣੇ ਪੇਸ਼ ਨਹੀਂ ਹੋਏ ਤੇ ਸ਼ਨੀਵਾਰ ਵਾਲੇ ਦਿਨ ਸੀ ਫਿਰ ਈਡੀ ਨੇ ਮਾਨਯੋਗ ਅਦਾਲਤ ਦੇ ਵਿੱਚ ਕੇਜਰੀਵਾਲ ਦੇ ਖਿਲਾਫ ਇਹ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਸ਼ਿਕਾਇਤ ਪੀਐਮਐਲਈ ਦੀ ਧਾਰਾ 63 ਦੀ ਉਪ ਧਾਰਾ 4 ਦੇ ਤਹਿਤ ਦਰਜ ਕਰਵਾਈ ਦੱਸੀ ਜਾ ਰਹੀ ਹੈ ਇਹਦੀ ਧਾਰਾ 50 ਏਜੰਸੀਆਂ ਨੂੰ ਕਿਸੇ ਵੀ ਨੂੰ ਵੀ ਬੁਲਾਉਣ ਅਤੇ ਪੁੱਛਗਿਛ ਕਰਨਾ ਉਹਨਾਂ ਨੂੰ ਅਧਿਕਾਰ ਦਿੰਦੀ ਹੈ ਇਸ ਤਹਿਤ ਜਾਰੀ ਹਦਾਇਤਾਂ ਨੂੰ ਜਾਣਬੁੱਝ ਕੇ ਨਾ ਮੰਨਣ ਵਾਲੇ ਦੇ ਖਿਲਾਫ ਕਾਰਵਾਈ ਦਾ ਵੀ ਪ੍ਰਬੰਧ ਹੈ ਸ਼ਿਕਾਇਤ ਦੇ ਵਿੱਚ ਆਈ ਪੀਐਸ ਦੀ ਧਾਰਾ 174 ਦਾ ਵੀ ਜ਼ਿਕਰ ਕੀਤਾ ਗਿਆ ਜੋ ਕਿ ਕਿਸੇ ਜਨਤਕ ਸੇਵਕ ਦੇ ਹੁਕਮ ਦੀ ਅਵਗਿਆ ਦੇ ਨਾਲ ਸੰਬੰਧਿਤ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਈਡੀ ਦੇ ਸੰਬੜਾ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਗੈਰ ਕਾਨੂੰਨੀ ਕਾਰਵਾਈ ਕਰਾਰ ਦੱਤਾ ਆਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸਿਰਫ ਤੇ ਸਿਰਫ ਇੱਕੋ ਹੀ ਟੀਚਾ ਹੈ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਅਤੇ ਦਿੱਲੀ ਸਰਕਾਰ ਨੂੰ ਸੁੱਟਣਾ ਅਸੀਂ ਪਰ ਕਹਿੰਦੇ ਇਸ ਤਰ੍ਹਾਂ ਹੋਣ ਨਹੀਂ ਦੇਵਾਂਗੇ ਦੱਸਣਾ ਬਣਦਾ ਹੈ ਕਿ ਈਡੀ ਨੇ 2 ਨਵੰਬਰ 2023 ਨੂੰ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਨੂੰ ਸਮਨ ਭੇਜੇ ਉਹਦੇ ਤੋਂ ਬਾਅਦ 21 ਦਸੰਬਰ 2023 ਨੂੰ ਫਿਰ 3 ਜਨਵਰੀ 2024 ਨੂੰ ਫਿਰ 19 ਜਨਵਰੀ 2024 ਨੂੰ ਅਤੇ ਫਿਰ 2 ਫਰਵਰੀ 2024 ਨੂੰ ਇਹ ਸਮਨ ਭੇਜੇ ਗਏ ਸੀ ਪੰਜ ਵਾਰ ਕੇਜਰੀਵਾਲ ਨੂੰ ਸਮਨ ਭੇਜੇ ਗਏ ਪਰ ਉਹਨਾਂ ਨੇ ਪੇਸ਼ ਹੋਣ ਤੋਂ ਇਨਕਾਰ ਕੀਤਾ ਕਿ ਲਿਖਤੀ ਰੂਪ ਵਿੱਚ ਸਵਾਲ ਜਿਹੜਾ ਮਰਜ਼ੀ ਪੁੱਛੋ ਖੁੱਲੀ ਕਿਤਾਬ ਵਰਗਾ ਹਰ ਇੱਕ ਸਵਾਲ ਦਾ ਜਵਾਬ ਡਿਟੇਲਡ ਲਿਖ ਕੇ ਭੇਜਾਂਗਾ ਦਸਣਾ ਬਣਦਾ ਕਿ ਸੀਬੀਆਈ ਨੇ 7 ਅਪ੍ਰੈਲ ਤੇ 2023 ਨੂੰ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਸੀ ਸੀਬੀਆਈ ਜਿੱਥੇ ਦਿੱਲੀ ਆਪਕਾਰੀ ਨੀਤੀ ਮਾਮਲੇ 'ਚ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਹੈ ਫੋਟੀ ਈਡੀ ਇਹਦੇ ਵਿੱਚ ਮਨੀ ਲਾਂਡਰਿੰਗ ਐਂਗਲ ਦੀ ਇਸ ਵਕਤ ਜਾਂਚ ਕਰ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬੀਤੇ ਦਿਨਾਂ ਤੋਂ ਇੱਕ ਗਰਮਾਏ ਮੁੱਦੇ ਦਾ ਆਖਰਕਾਰ ਸਹਿਮਤੀ ਵਾਲਾ ਫੈਸਲਾ ਸਾਹਮਣੇ ਆਇਆ ਹੈ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਵੱਲੋਂ ਪੁਲਿਸ ਨੂੰ ਦਿੱਤੀਆਂ ਕੁਝ ਸ਼ਿਕਾਇਤਾਂ ਤੋਂ ਬਾਅਦ ਦੱਸਿਆ ਜਾ ਰਿਹਾ ਸੀ ਕਿ ਭਾਨਾ ਸਿੱਧੂ ਉਹਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਤੋਂ ਬਾਅਦ ਇੱਕ ਉਹਦੇ ਤੇ ਪਰਚੇ ਦਰਜ ਕੀਤੇ ਗਏ ਅਤੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਕੱਲ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਦਾ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਸਹਿਮਤੀ ਬਣੀ ਅਤੇ ਸਹਿਮਤੀ ਤੋਂ ਬਾਅਦ ਇਹ ਧਰਨਾ ਖਤਮ ਕਰ ਦਿੱਤਾ ਗਿਆ ਬੀਤੀ ਦੇਰ ਰਾਤ ਏਡੀਜੀਪੀ ਜਸਕਰਨ ਸਿੰਘ ਖੁਦ ਪ੍ਰਦਰਸ਼ਨਕਾਰੀਆਂ ਦੇ ਦਰਬਾਰ ਪਹੁੰਚਦੇ ਹੈ ਅਤੇ ਸਹਿਮਤੀ ਦੇ ਬਾਬਤ ਖੁਦ ਅਨਾਉਂਸਮੈਂਟ ਕਰਦੇ ਹੈ ਤੇ ਇਹਦੇ ਤੋਂ ਬਾਅਦ ਇਹ ਧਰਨਾ ਖਤਮ ਕਰ ਦਿੱਤਾ ਗਿਆ ਇਹਦਾ ਜੇਕਰ ਮੁਕੰਮਲ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਫੇਸਬੁੱਕ ਪੇਜ TVN ਕੈਨੇਡਾ ਉੱਤੇ ਜਾ ਕੇ ਵੇਖਿਆ ਜਾ ਸਕਦਾ ਹੈ ਦੱਸਣਾ ਬਣਦਾ ਹੈ ਕਿ ਕੁਝ ਕਿਸਾਨ ਆਗੂਆਂ ਲੱਖਾ ਸਿਧਾਣਾ ਅਤੇ ਕੁਝ ਹੋਰ ਨੌਜਵਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਗਲੇ 6 ਦਿਨਾਂ ਦੇ ਵਿੱਚ ਭਾਵ 10 ਫਰਵਰੀ ਤੱਕ ਇਸ ਮਾਮਲੇ ਨੂੰ ਨਿਬਟਾਉਣ ਦਾ ਵਿਸ਼ਵਾਸ ਦਿੱਤਾ ਗਿਆ ਇਤ ਦੇ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਵਾਅਦਾ ਵੀ ਕੀਤਾ ਗਿਆ ਐਡੀਜੀਪੀ ਜਸਕਰਨ ਸਿੰਘ ਖੁਦ ਉਸ ਪ੍ਰਦਰਸ਼ਨਕਾਰੀਆਂ ਦੇ ਵਿੱਚ ਜਾਂਦੇ ਐ ਤੇ ਫਿਰ ਖੁਦ ਇਸ ਗੱਲ ਦੀ ਅਨਾਉਂਸਮੈਂਟ ਕਰਦੇ ਐ ਕਿ ਸਾਰੇ ਗ੍ਰਿਫਤਾਰ ਕੀਤੇ ਜਾਂ ਰਿਟੇਨ ਕੀਤੇ ਗਏ ਵਿਅਕਤੀਆਂ ਨੂੰ ਛੱਡ ਦਿੱਤਾ ਜਾਏਗਾ ਦੱਸਣਾ ਬਣਦਾ ਕਿ 15 ਕਿਸਾਨ ਜਥੇਬੰਦੀਆਂ ਨੇ ਸ਼ਨੀਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਹਿائش ਨੂੰ ਘੇਰਨ ਦਾ ਐਲਾਨ ਕਰ ਦਿੱਤਾ ਸੀ ਤੇ ਇਹਦੇ ਤੋਂ ਬਾਅਦ ਪੁਲਿਸ ਨੇ ਸੰਗਰੂਰ ਅਤੇ ਮਾਨਸਾ ਦੇ ਕਿਸਾਨ ਆਗੂਆਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਸੀ ਇਹ ਨਹੀਂ ਨਹੀਂ ਸੰਗਰੂਰ ਪਹੁੰਚਣਾ ਚਾਹੁੰਦੇ ਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਨੂੰ ਵੀ ਘੇਰ ਲਿਆ ਗਿਆ ਸੀ ਤੇ ਉਹਨਾਂ ਨੂੰ ਵੀ ਉੱਥੇ ਪਹੁੰਚਣ ਨਹੀਂ ਸੀ ਦਿੱਤਾ ਤੇ ਉਹ ਵੀ ਕਾਫੀ ਔਖੇ ਭਾਰੇ ਹੋਏ ਸਨ ਇਹਦੇ ਤੋਂ ਬਾਅਦ ਭਾਨਾ ਸਿੱਧੂ ਦੇ ਸਮਰਥਕਾਂ ਤੇ ਪੁਲਿਸ ਪ੍ਰਸ਼ਾਸਨ ਦੇ ਦਰਮਿਆਨ ਦੂਸਰੇ ਪਾਸਿਓਂ ਆਪਸ ਦੇ ਵਿੱਚ ਸਹਿਮਤੀ ਬਣਨ ਦੀ ਖਬਰ ਆਈ ਹੈ ਦੱਸਣਾ ਬਣਦਾ ਕਿ ਭਾਨਾ ਸਿੱਧੂ ਦੇ ਖਿਲਾਫ ਸਭ ਤੋਂ ਪਹਿਲਾਂ 20 ਜਨਵਰੀ ਨੂੰ ਲੁਧਿਆਣਾ ਪੁਲਿਸ ਨੇ ਇੱਕ ਮੁਕੱਦਮਾ ਦਰਜ ਕੀਤਾ ਸੀ ਦੱਸਿਆ ਜਾਂਦਾ ਸੀ ਕਿ ਉਹਦੇ ਖਿਲਾਫ ਬਲੈਕਮੇਲਿੰਗ ਦਾ ਮੁਕੱਦਮਾ ਦਰਜ ਹੋਇਆ ਲੁਧਿਆਣਾ ਦੀ ਇੱਕ ਮਹਿਲਾ ਟਰੈਵਲ ਏਜੰਟ ਉਹਨਾਂ ਨੇ ਦਸਲਾ ਸ਼ਿਕਾਇਤ ਦਿੱਤੀ ਸੀ ਨਾਮ ਉਹਨਾਂ ਦਾ ਇੰਦਰਜੀਤ ਕੌਰ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹਨਾਂ ਦਾ ਜਿਹੜਾ ਦਫ਼ਤਰ ਹੈ ਅਸ਼ਮੀਤ ਚੌਂਕ ਥਾਣਾ ਮਾਡਲ ਟਾਊਨ ਦੇ ਨੇੜੇ ਹੈ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਆ ਕਈ ਵਾਰ ਕਈ ਲੋਕਾਂ ਨੂੰ ਵੀਜ਼ਾ ਨਹੀਂ ਲੱਗਦਾ ਰਿਫਿਊਜ਼ ਹੋ ਜਾਂਦੇ ਆ ਉਹ ਉਹਨਾਂ ਦੇ ਪੂਰੇ ਪੈਸੇ ਵਾਪਸ ਕਰ ਦਿੰਦੇ ਐ ਪਰ ਉਹਨਾਂ ਵੱਲੋਂ ਸ਼ਿਕਾਇਤ ਇਹ ਦਿੱਤੀ ਗਈ ਸੀ ਕਿ ਭਾਨਾ ਸਿੱਧੂ ਨੇ ਲਾਈਵ ਹੋ ਕੇ ਉਹਨੂੰ ਧਮਕਾਇਆ ਸੀ ਤੇ ਪੈਸਿਆਂ ਦੀ ਮੰਗ ਕੀਤੀ ਸੀ ਤੇ ਉਸ ਕੇਸ ਦੇ ਵਿੱਚ ਫਿਰ 26 ਜਨਵਰੀ ਨੂੰ ਭਾਨਾ ਸਿੱਧੂ ਨੂੰ ਬੇਲਤਾ ਮਿਲ ਗਈ ਸੀ ਤੇ ਉਹਦੇ ਤੋਂ ਬਾਅਦ ਆਚਨ ਚੇਤ ਪਟਿਆਲੇ ਦੇ ਵਿੱਚ ਉਹਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਹੋ ਗਿਆ ਸੀ ਉਹਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਨੂੰ ਰਿਮਾਂਡ ਤੇ ਲੈ ਰਿਆ ਸੀ ਇਸ ਤਰ੍ਹਾਂ ਮੋਹਾਲੀ ਤੇ ਹੋਰ ਨਾ ਥਾਵਾਂ ਤੇ ਇੱਕ ਤੋਂ ਬਾਅਦ ਇੱਕ ਉਹਦੇ ਤੇ ਪਰਚੇ ਦਰਜ ਹੁੰਦੇ ਗਏ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਇਹ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਆਖਰਕਾਰ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਦਰਮਿਆਨ ਸਹਿਮਤੀ ਬਣ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਖੰਨਾ ਸ਼ਹਿਰ ਦੀ ਅਤੇ ਖੰਨਾ ਦੇ ਵਿੱਚ ਹੋਈ ਇੱਕ ਜ਼ਬਰਦਨਾਦੀ ਅਤੇ ਇਹ ਕੇਸ ਜਾਂਚ ਵਿੱਚ ਝੂਠਾ ਨਿਕਲਿਆ ਹੈ ਜੀ ਅਸਲ ਦੇ ਵਿੱਚ ਖੰਨਾ ਦਾ ਇੱਕ ਨੌਜਵਾਨ ਜਿਹੜਾ ਜ਼ਬਰਦਸਤ ਦੇ ਕੇਸ ਦੇ ਵਿੱਚ ਪਿਛਲੇ 5 ਸਾਲਾਂ ਤੋਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਪਰ ਹੁਣ ਮਾਨਯੋਗ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਦੇ ਵਿੱਚ ਬਹਿਸ ਹੋਈ। ਬਹਿਸ ਦੇ ਦੌਰਾਨ ਖੁਦ ਨੂੰ ਜ਼ਬਰਦਸਤ ਪੀੜਤਾ ਦੱਸਣ ਵਾਲੀ ਲੜਕੀ ਅਤੇ ਉਹਦੀ ਮਾਂ ਨੇ ਜਿਹੜੇ ਬਿਆਨ ਦਰਜ ਕਰਵਾਏ ਸੀ ਉਹਨਾਂ ਬਿਆਨਾਂ 'ਚ ਹੀ ਉਹ ਫਸ ਗਈਆਂ। ਜਿਸ ਤੋਂ ਬਾਅਦ ਲੁਧਿਆਣੇ ਦੀ ਸੈਸ਼ਨ ਕੋਰਟ ਨੇ ਇਸ ਨੌਜਵਾਨ ਨੂੰ ਬਰੀ ਕਰ ਦਿੱਤਾ। ਲੁਧਿਆਣਾ ਦੀ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਪੁਲਿਸ ਨੂੰ ਵੀ ਫਟਕਾਰ ਲਾਈ ਕਿ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਕੋ ਛੋਟੇ ਦਾ ਮਾਮੂਲੀ ਕੇਸ ਨਹੀਂ ਇਹਨਾਂ ਦੀ ਸਹੀ ਜਾਂਚ ਕਰਿਆ ਕਰੋ ਬਰੀਕੀ ਨਾਲ ਜਾਂਚ ਕਰਿਆ ਕਰੋ ਤਾਂ ਕਿ ਇਨਸਾਫ ਮਿਲੇ ਤੇ ਦੂਸਰਾ ਕੋਈ નિર્ਦੋਸ਼ ਫਸੇ ਨਾ ਹਾਲਾਂਕਿ ਇਸ ਦੌਰਾਨ ਜਿਹੜਾ ਵਿਅਕਤੀ ਦੋਸ਼ੀ ਹੈ ਉਹਨੂੰ 14 ਮਹੀਨੇ ਜੇਲ੍ਹ ਚ ਕੱਟਣੇ ਪਏ ਐ ਤੇ ਇਸੇ ਚੱਕਰ ਕਾਰਨ ਉਹਦੀ ਨੌਕਰੀ ਵੀ ਚਲੀ ਗਈ ਤੇ ਇਸ ਕੇਸ ਨੂੰ ਲੈ ਕੇ ਜਿਹੜਾ ਉਹਨੇ ਕੇਸ ਝਗੜਿਆ ਜਿਸ ਦੇ ਵਿੱਚ ਉਹਨੇ ਖੁਦ ਨੂੰ ਬੇਗੁਨਾ ਸਾਬਤ ਕੀਤਾ ਉਹਨੇ ਵਿਆਜ ਤੇ ਪੈਸੇ ਲੈ ਕੇ ਕਰਜ਼ਾ ਚੁੱਕ ਕੇ ਕੇਸ ਲੜਿਆ ਮਿਲੀ ਜਾਣਕਾਰੀ ਅਨੁਸਾਰ ਖੰਨੇ ਦਾ ਰਹਿਣ ਵਾਲਾ ਅਭਿਸ਼ੇਕ ਉਹਨੇ ਦੱਸਿਆ ਕਿ ਉਹਦੇ ਖਿਲਾਫ ਇਹ ਕੇਸ 2015 ਦੇ ਵਿੱਚ ਜ਼ਬਰਦਸਤ ਦਾ ਦਰਦ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਨਗਰ ਕੌਂਸਲ ਦਾ ਉਹ ਕਰਮਚਾਰੀ ਸੀ ਉਹਦਾ ਆਪਣੇ ਗਵਾਂਡੀਆਂ ਦੇ ਨਾਲ ਅਕਸਰ ਝਗੜਾ ਰਹਿੰਦਾ ਸੀ ਤੇ ਇਸੇ ਰੰਜਸ਼ ਦੇ ਕਾਰਨ ਗਵਾਂਡ ਵਿੱਚ ਰਹਿਣ ਵਾਲੀ ਔਰਤ ਨੇ ਉਹਨੂੰ ਆਪਣੀ ਨਾਬਾਲਗ ਲੜਕੀ ਦੀ ਰੇਪ ਕੇਸ ਵਿੱਚ ਫਸਾ ਦਿੱਤਾ। ਇਹ ਸ਼ੇਖ ਨੇ ਦੱਸਿਆ ਕਿ ਉਹ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਹਦੇ ਖਿਲਾਫ ਇਹ ਮੁਕੱਦਮਾ ਦਰਜ ਕਰ ਲਿਆ। ਆਈਪੀਐਸ ਦੀ ਧਾਰਾ 376 ਦੇ ਨਾਲ-ਨਾਲ ਪੋਕਸੋ ਐਕਟ ਵੀ ਲਾ ਦਿੱਤਾ ਕਿਉਂਕਿ ਲੜਕੀ ਉਸ ਵਕਤ ਨਾਬਾਲਗ ਸੀ। ਇਹਦੇ ਤੋਂ ਬਾਅਦ ਪੁਲਿਸ ਨੇ ਬਿਨਾਂ ਕੋਈ ਜਾਂਚ ਕੀਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਅਭਿਸ਼ੇਕ ਦੇ ਐਡਵੋਕੇਟ ਸੁਰੇਸ਼ ਕੁਮਾਰ ਨੇ ਫਰਮਾਨਜੋਗ ਅਦਾਲਤ ਵਿੱਚ ਕੁਝ ਦਲੀਲਾਂ ਦਿੱਤੀਆਂ ਜਿਸ ਤੇ ਕਾਰਨ ਝੂਠ ਟਿਕ ਨਾ ਸਕਿਆ ਅਤੇ ਅਭਿਸ਼ੇਕ ਬਰੀ ਹੋ ਗਿਆ ਸਭ ਤੋਂ ਪਹਿਲੀ ਦਲੀਲ ਦਿੱਤੀ ਕਿ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹਦੀ ਬੇਟੀ ਨਾ ਬਾਲਗ ਸੀ ਇੱਕ ਦਿਨ ਉਹਦੀ ਬੇਟੀ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਰਸਤੇ 'ਚ ਅਭਿਸ਼ੇਕ ਨੇ ਉਹਦੇ ਨਾਲ ਛੇੜਛਾੜ ਕੀਤੀ ਹਾਲਾਂਕਿ ਜਿਸ ਤਰੀਕ ਦਾ ਜ਼ਿਕਰ ਕੀਤਾ ਗਿਆ ਉਸ ਦਿਨ ਹੋਲੀ ਸੀ ਸਰਕਾਰੀ ਛੁੱਟੀ ਸੀ ਸਰਕਾਰੀ ਛੁੱਟੀ ਦੇ ਕਾਰਨ ਸਾਰੇ ਸਕੂਲ ਉਸ ਦਿਨ ਬੰਦ ਸੀ ਦੂਸਰੀ ਦਲੀਲ ਕਿ ਲੜਕੀ ਦੀ ਮਾਂ ਨੇ ਫਿਰ ਕਿਹਾ ਕਿ ਜਦੋਂ ਇੱਕ ਦਿਨ ਉਹ ਸਕੂਲ ਤੋਂ ਪਰਤ ਰਹੀ ਸੀ ਤਾਂ ਅਭਿਸ਼ੇਕ ਨੇ ਉਸ ਨੂੰ ਜ਼ਬਰੀ ਘੇਰ ਕੇ ਉਹਦੇ ਨਾਲ ਜ਼ਬਰਦਨਾ ਕਰ ਲਿਆ ਪ੍ਰੰਤੂ ਉਹ ਵੀ ਜਿਹੜੀ ਤਰੀਕ ਦਾ ਹਵਾਲਾ ਦਿੰਦੀ ਹੈ ਉਸ ਦਿਨ ਐਤਵਾਰ ਸੀ ਐਤਵਾਰ ਨੂੰ ਤਾਂ ਸਕੂਲ ਬੰਦ ਹੁੰਦੇ ਨੇ ਵਕੀਲ ਨੇ ਸਵਾਲ ਉਠਾਇਆ ਕਿ ਦੱਸਿਆ ਜਾਵੇ ਕਿ ਐਤਵਾਰ ਨੂੰ ਕਿਹੜਾ ਸਕੂਲ ਖੁੱਲਦਾ ਹੈ ਇਹ ਸਰਾਸਰ ਗਲਤ ਬਿਆਨਵਾਸੀ ਹੈ ਇਹ ਝੂਠ ਹੈ ਤੀਸਰੀ ਦਲੀਲ ਦਿੱਤੀ ਕਿ ਲੜਕੀ ਦੀ ਮਾਂ ਦੁਆਰਾ ਪੁਲਿਸ ਨੂੰ ਦਿੱਤੀਆਂ ਸ਼ਿਕਾਇਤਾਂ ਦੇ ਬਾਰੇ ਆਰਟੀਆਈ ਤੋਂ ਜਾਣਕਾਰੀ ਲਈ ਗਈ ਉਹਦੇ ਵਿੱਚ ਲੜਕੀ ਦੀ ਮਾਂ ਨੇ ਉਹਦੇ ਨਾਲ ਦੋ ਵਿਅਕਤੀਆਂ ਵੱਲੋਂ ਜ਼ਬਰਦਸਤ ਕੀਤੇ ਜਾਣ ਦੇ ਦੋਸ਼ ਲਾਇਆ ਹੈ ਹਾਲਾਂਕਿ ਪੁਲਿਸ ਨੇ ਜਾਂਚ ਵਿੱਚ ਇਹ ਸ਼ਿਕਾਇਤਾਂ ਝੂਠੀਆਂ ਪਾਈਆਂ ਚੌਥੀ ਦਲੀਲ ਦਿੱਤੀ ਉਹਦੇ ਵਿੱਚ ਦੱਸਿਆ ਗਿਆ ਕਿ ਅਭਿਸ਼ੇਕ ਦਾ ਆਪਣੇ ਗਵਾਂਢੀਆਂ ਦੇ ਨਾਲ ਝਗੜਾ ਰਹਿੰਦਾ ਸੀ ਅਕਸਰ ਲੜਕੀ ਦੀ ਮਾਂ ਉਹਨੂੰ ਹਮੇਸ਼ਾ ਧਮਕੀਆਂ ਦੇਂਦੀ ਸੀ ਕਿ ਚੁੱਪ ਕਰ ਜਾਓ ਟਿਕ ਜਾਓ ਨਹੀਂ ਤਾਂ ਮੈਂ ਤੁਹਾਨੂੰ ਜ਼ਬਰਦਸਤ ਦੇ ਕੇਸ ਵਿੱਚ ਫਸਾ ਦਿਆਂਗੀ ਤੇ ਇਹ ਸ਼ਿਕਾਇਤ ਅਭਿਸ਼ੇਕ ਦੇ ਪਿਤਾ ਨੇ ਖੁਦ ਥਾਣੇ ਜਾ ਕੇ ਦਿੱਤੀ ਸੀ ਪਰ ਸ਼ਿਕਾਇਤ ਦੇ باوجود ਥਾਣੇ ਵਾਲਿਆਂ ਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੀ ਅਮਲ ਚੁਲਿਆਂਦੀ ਅਭਿਸ਼ੇਕ ਨੇ ਦੱਸਿਆ ਕਿ ਇਸ ਕੇਸ ਦੇ ਦਰਜ ਹੋਣ ਤੋਂ ਬਾਅਦ ਉਹ ਜੇਲ੍ਹ ਭੇਜ ਦਿੱਤਾ ਗਿਆ ਉਦੀ ਨੌਕਰੀ ਚਲੀ ਗਈ ਉਹਦੀ ਆਰਥਿਕ ਸਥਿਤੀ ਪਹਿਲਾਂ ਹੀ ਕਮਜ਼ੋਰ ਸੀ ਹੋਰ ਵਿਗੜ ਗਈ ਉਹਦੇ ਪਰਿਵਾਰ ਨੇ ਕਰਜ਼ਾ ਚੁੱਕਿਆ ਅਤੇ ਫਿਰ ਇੱਕ ਕੇਸ ਲੜਿਆ ਤੇ ਆਖਰਕਾਰ ਉਹਨੂੰ ਇਨਸਾਫ ਮਿਲ ਗਿਆ ਨਹੀਂ ਤਾਂ ਉਹਨੂੰ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਗੁਜ਼ਾਰਨੇ ਪੈ ਸਕਦੇ ਸੀ ਤੇ ਹੁਣ ਆ ਖਬਰ ਵੀ ਕਾਫੀ ਮਹੱਤਵਪੂਰਨ ਹੈ ਅਸੀਂ ਤਾਂ ਜਿੱਥੇ ਸਾਨੂੰ ਥੋੜੀ ਜੀ ਖੂਬਸੂਰਤੀ ਨਜ਼ਰ ਆਵੇ ਉੱਥੇ ਅਸੀਂ ਰੀਲਾਂ ਬਣਾਉਣ ਲੱਗ ਜਾਂਦੇ ਹਾਂ ਅਸੀਂ ਤਾਂ ਗੁਰਦੁਆਰਾ ਸਹਿਬਾਨ ਵੀ ਨਹੀਂ ਬਖਸ਼ਦੇ ਜਾ ਫਿਰ ਹੁਣ ਅਸੀਂ ਪ੍ਰੀ ਵੈਡਿੰਗ ਸ਼ੂਟ ਕਰਨ ਲੱਗ ਪੈਨੇ ਆ ਪਰ ਆ ਧਿਆਨ ਨਾਲ ਸੁਣਿਓ ਨਹੀਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਆ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਪ੍ਰੀ ਵੈਡਿੰਗ ਸ਼ੂਟਿੰਗ ਹੁਣ ਨਹੀਂ ਹੋ ਸਕੇਗੀ ਇਹਨਾਂ ਹੀ ਨਹੀਂ ਉੱਥੇ ਰੀਲ ਬਣਾਉਣ ਵਾਲੇ ਲੋਕਾਂ ਤੇ ਵੀ ਕਾਰਵਾਈ ਹੋਏਗੀ ਤੇ ਪੁਲਿਸ ਵੱਲੋਂ ਵੱਡਾ ਐਕਸ਼ਨ ਕੀਤਾ ਜਾਏਗਾ ਅਸਲ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ ਤੇ ਇਹਦਾ ਨੋਟਿਸ ਲੈ ਲਿਆ ਗਿਆ ਤੇ ਫੈਸਲਾ ਵੀ ਸੁਣਾ ਦਿੱਤਾ ਗਿਆ ਇਸ ਵੀਡੀਓ ਨੂੰ ਲੈ ਕੇ ਸੰਗਤ ਵੱਲੋਂ ਵੀ ਸਖਤ ਇਤਰਾਜ਼ ਪ੍ਰਗਟਾਇਆ ਗਿਆ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਪੁਲਿਸ ਤੇ ਸੜਕ ਦੇ ਦੋਵੇਂ ਪਾਸੇ ਬੋਰਡ ਲਗਵਾ ਦਿੱਤੇ ਐ। ਦਰਅਸਲ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਹੈਰੀਟੇਜ ਸਟਰੀਟ ਤੇ ਪ੍ਰੀ-ਵੈਡਿੰਗ ਫੋਟੋ ਸ਼ੂਟ ਕਰ ਲਿਆ ਸੀ। ਇਹਦੇ ਉੱਤੇ ਸੰਗਤਾਂ ਦੇ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਸੀ। ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਘਟਨਾ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਸੀ। ਉਤੋਂ ਬਾਅਦ ਦੇ ਵਿੱਚ ਪੰਜਾਬ ਪੁਲਿਸ ਨੇ ਸਖਤੀ ਕੀਤੀ ਹੈ ਕਿ ਵਿਰਾਸਤੀ ਮਾਰਗ ਦੇ ਉੱਤੇ ਫੋਟੋ ਸ਼ੂਟ ਪ੍ਰੀ ਵੈਡਿੰਗ ਸ਼ੂਟ ਜਾਂ ਰੀਲਾਂ ਬਣਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਪੂਰੇ ਵਿਰਾਸਤੀ ਮਾਰਗ ਦੇ ਉੱਤੇ ਇਹ ਬੋਰਡ ਵੀ ਲਾ ਦਿੱਤੇ ਗਏ ਆ ਚੇਤਾਵਨੀ ਵਾਲੇ ਉਹਨਾਂ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਇੱਥੇ ਕੋਈ ਵੀ ਪ੍ਰੀ ਵੈਡਿੰਗ ਸ਼ੂਟ ਵੈਡਿੰਗ ਸ਼ੂਟ ਜਾਂ ਰੀਲ ਨਹੀਂ ਬਣਾ ਸਕਦਾ ਇਹਦੇ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਉਥੋਂ ਦੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਦੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਵੀ ਅਲਰਟ ਰਹਿਣ ਵਾਸਤੇ ਆਖ ਦਿੱਤਾ ਗਿਆ ਹੈ ਦੇਖਿਓ ਕਿਤੇ ਫਸ ਨਾ ਜਾਇਓ ਇਹ ਖਬਰ ਧਿਆਨ ਨਾਲ ਸੁਣੀ ਤੇ ਅੱਗੇ ਦੱਸੀ ਵੀ ਜਾਵੇ ਤੇ ਹੁਣ ਗੱਲ ਕਰਦੇ ਹਾਂ ਸਰੀ ਦੇ ਵਿੱਚ ਲਗਾਤਾਰ ਗੋਲੀਆਂ ਚੱਲ ਰਹੀਆਂ ਨੇ ਸਰੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀਆਂ ਦੀ ਸੰਗਣੀ ਵਸੋਂ ਵਾਲਾ ਸ਼ਹਿਰ ਹੈ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਵੀ ਹੈ ਸਰੀ ਪੰਜਾਬੀਆਂ ਨਾਲ ਭਰੀ ਹੋਈ ਹੈ ਪਰ ਇਸੇ ਸ਼ਹਿਰ ਦੇ ਵਿੱਚ ਇੱਕ ਪੰਜਾਬੀ ਨੂੰ ਦਿਨ ਦਿਹਾੜੇ ਗੋਲੀ ਮਾਰ ਦਿੱਤੀ ਗਈ ਹੈ ਤੇ ਜਿਸ ਵਿਅਕਤੀ ਨੂੰ ਗੋਲੀ ਲੱਗੀ ਉਹਦਾ ਨਾਮ ਕੈਵਨ ਸੰਘਾ ਦੱਸਿਆ ਜਾ ਰਿਹਾ ਹੈ ਤੇ ਸੰਘਾ ਨੂੰ ਫਿਰ ਫੌਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਮੌਕੇ ਤੇ ਆਰਸੀਐਮਪੀ ਪਹੁੰਚੀ ਸ਼ੁੱਕਰਵਾਰ ਬਾਅਦ ਦੁਪਹਿਰ 1:33 ਮਿੰਟ ਦਾ ਸਮਾਂ ਸੀ ਸਕਾਟ ਰੋਡ ਭਾਵ 120 ਸਟਰੀਟ ਤੇ 8400 ਬਲਾਕ ਤੇ ਇਹ ਗੋਲੀ ਚੱਲਦੀ ਹੈ ਇਹਦੇ ਕਾਫੀ ਫੁਟੇਜ ਵੀ ਵਾਇਰਲ ਹੋਈ ਹੈ ਤੇ ਕਾਰ ਨੂੰ ਗੋਲੀਆਂ ਲਗੀਆਂ ਹੋਈਆਂ ਨੇ ਤੇ ਆਲੇ-ਦੁਆਲੇ ਹੋਰ ਖੜੀਆਂ ਕਾਰਾਂ ਤੇ ਵੀ ਗੋਲੀਆਂ ਜਾ ਬੱਝੀਆਂ ਮੌਕੇ ਤੇ ਪਹੁੰਚਣ ਤੇ ਫਰੰਟ ਲਾਈਨ ਆਫਸਰਾਂ ਨੇ ਇੱਕ ਕਾਰ ਦੇ ਕੋਲੋਂ ਗੋਲੀਆਂ ਨਾਲ ਫਿੰਨੇ ਆ ਇੱਕ ਨੌਜਵਾਨ ਜ਼ਖਮੀ ਹਾਲਤ ਵਿੱਚ ਵੇਖਿਆ ਉਹਨੂੰ ਗੰਭੀਰ ਸੱਟਾਂ ਲੱਗੀਆਂ ਹੋਈਆਂ ਇਸ ਤੇ ਫੌਰਨ ਉਸਨੂੰ ਹਸਪਤਾਲ ਲਿਜਾਇਆ ਗਿਆ ਸਰੀ ਆਰ ਸੀ ਐਮ ਪੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਆਲੇ-ਦੁਆਲੇ ਦੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਨੇ ਜ਼ਖਮੀ ਸੰਘਾ ਦੇ ਹੋਸ਼ ਵਿੱਚ ਆਉਣ ਦੀ ਉਡੀਕ ਵੀ ਕੀਤੀ ਜਾ ਰਹੀ ਹੈ ਤਾਂ ਕਿ ਹਮਲੇ ਦਾ ਕੋਈ ਸੂਰਾਗ ਮਿਲ ਸਕੇ ਹਮਲੇ ਦੇ ਪਿੱਛੇ ਕੋਈ ਨਿੱਜੀ ਦੁਸ਼ਮਣੀ ਸੀ ਜਾਂ ਫਿਰ ਇਹਦੀ ਵਜ੍ਹਾ ਕੀ ਸੀ ਇਹ ਹਾਲੇ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਜਿਸ ਸਥਾਨ ਤੇ ਇਹ ਗੋਲੀ ਚੱਲੀ ਹੈ ਉਹ ਇਲਾਕਾ ਭੀੜ ਢੱਕੇ ਵਾਲਾ ਇਲਾਕਾ ਬੜਾ ਰੋਜਿਆ ਰਹਿੰਦਾ ਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਉੱਥੇ ਐਕਸ-ਰੇ ਤੇ ਹੋਰ ਕਈ ਤਰ੍ਹਾਂ ਦੇ ਟੈਸਟ ਕਰਵਾਉਣ ਵਾਸਤੇ ਲੋਕ ਅਕਸਰ ਜਾਂਦੇ ਨੇ ਤੇ ਉੱਥੇ ਖੜੀਆਂ ਕਈ ਕਾਰਾਂ ਦੇ ਵੀ ਗੋਲੀਆਂ ਵੱਜੀਆਂ ਦਾਸਰ ਆ ਰਹੀਆਂ ਨੇ ਅਤੇ ਇਸ ਗੋਲੀਬਾਰੀ ਦੀ ਘਟਨਾ ਤੋਂ ਫਿਰ ਕੁਝ ਮਿੰਟ ਬਾਅਦ ਇੱਕ ਸੜੀ ਹੋਈ ਕਾਰ 9900 ਬਲਾਕ ਅਤੇ 179 ਸਟਰੀਟ ਦੇ ਇਲਾਕਿਆਂ ਮਿਲੀ ਦੱਸਣਾ ਬਣਦਾ ਹੈ ਕਿ ਇਹ ਅਕਸਰ ਹੁੰਦਾ ਹੈ ਕਿ ਜਦੋਂ ਕਿਤੇ ਗੋਲੀਬਾਰੀ ਦੀ ਘਟਨਾ ਵਾਪਰਦੀ ਹੈ ਤਾਂ ਉਸ ਘਟਨਾ ਦੇ ਵਿੱਚ ਵਰਤੀ ਗਈ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲਗਾਤਾਰ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਦੂਸਰਾ ਦਿਨ ਸੀ ਜਦੋਂ ਕਿਸੇ ਪੰਜਾਬੀ ਦੇ ਜਾਂ ਪੰਜਾਬੀ ਦੇ ਘਰ ਤੇ ਉੱਤੇ ਗੋਲੀ ਚੱਲੀ ਹੋਵੇ ਇਦੇ ਤੋਂ ਪਹਿਲਾਂ ਹਰਦੀਪ ਸਿੰਘ ਨਿੱਜਰ ਦਾ ਇੱਕ ਨਜ਼ਦੀਕੀ ਸਾਥੀ ਉਹਦੇ ਘਰ ਅਤੇ ਕਾਰ ਤੇ ਗੋਲੀਆਂ ਚੱਲੀਆਂ ਅਤੇ ਇਹ ਜੜੀਆਂ ਗੋਲੀਆਂ ਚਲਾਉਣ ਵਾਲੇ ਕੌਣ ਸੀ ਉਹਨਾਂ ਦਾ ਮਕਸਦ ਕੀ ਸੀ ਹੁਣ ਤੱਕ ਇਹ ਗੱਲ ਸਾਫ਼ ਨਹੀਂ ਹੋ ਸਕੀ ਪੁਲਿਸ ਇਹਨਾਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਦੱਸਣਾ ਬਣਦਾ ਕਿ ਪਿਛਲੇ ਸਾਲ 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਦੇ ਵਿੱਚ ਹੀ ਹਰਦੀਪ ਸਿੰਘ ਨਿੱਜਰ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਅਤੇ ਉਹਦੇ ਦੋਸ਼ ਇੰਡੀਆ ਦੇ ਕੁਝ ਏਜੰਟਸ ਤੇ ਲੱਗੇ ਸੀ ਹੁਣ ਆਰਸੀਐਮਪੀ ਦੇ ਮੁਤਾਬਕ 1 ਫਰਵਰੀ ਤਕਰੀਬਨ 1 ਵਜ ਕੇ 21 ਮਿੰਟ ਦਾ ਸਮਾਂ ਸੀ ਰਾਤ ਦਾ ਜਦੋਂ ਇਹ ਹਰਦੀਪ ਸਿੰਘ ਨਿਜਰ ਦੇ ਇੱਕ ਸਾਥੀ ਦੇ ਘਰ ਤੇ ਰਹਿਸ਼ ਤੇ ਗੋਲੀਆਂ ਚੱਲੀਆਂ ਸੀ ਹੁਣ ਉਹ ਕੌਣ ਸੀ ਚਲਾਉਣ ਵਾਲੇ ਕਿਉਂ ਚਲਾ ਕੇ ਚਲੇ ਗਏ ਇਹਦੀ ਹਾਲੇ ਜਾਂਚ ਪੜਤਾਲ ਕੀਤੀ ਜਾਂਦੀ ਆ ਪਰ ਦੂਸਰੇ ਪਾਸੇ ਬੀਸੀ ਸਿੱਖ ਗੁਰਦੁਆਰਾ ਕਾਉਂਸਲ ਦੇ ਵੱਲੋਂ ਇਹਦੇ ਦੋਸ਼ ਵੀ ਭਾਰਤੀ ਏਜੰਸੀਆਂ ਦੇ ਸਿਰ ਮੜ ਦਿੱਤੇ ਗਏ ਸਨ ਹਾਲਾਂਕਿ ਇਹ ਹਲੇ ਜਾਂਚ ਦਾ ਵਿਸ਼ਾ ਹੈ ਦੋਸਤੋ ਏਸੀ ਕੋਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ